ਕੀਰਤਪੁਰ ਸਾਹਿਬ ਵਿਖੇ ਭਾਖੜਾ ਨਹਿਰ ਵਿੱਚ ਇੱਕ ਥਾਰ ਗੱਡੀ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਅਤੇ ਥਾਰ ਡਿੱਗਣ ਦੇ ਨਾਲ ਕਾਰ ਚਾਲਕ ਵੀ ਪਾਣੀ ਦੇ ਵਿੱਚ ਹੀ ਡੁੱਬ ਗਿਆ। ਕੁਝ ਹੀ ਦੂਰੀ ਤੱਕ ਗੱਡੀ ਪਾਣੀ ਦੇ ਉੱਪਰ ਤੈਰਦੀ ਰਹੀ, ਪਰ ਜਿਵੇਂ ਹੀ ਗੱਡੀ ਵਿੱਚ ਪਾਣੀ ਭਰਿਆ ਤਾਂ ਹੇਠਾਂ ਬੈਠ ਗਈ ਅਤੇ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਪਹੁੰਚ ਗਈ ਅਤੇ ਉਹਨਾਂ ਵੱਲੋਂ ਗੋਤਾਖੋਰ ਦੀ ਟੀਮ ਨੂੰ ਬੁਲਾ ਲਿਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਦੀ ਮਦਦ ਦੇ ਨਾਲ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਚਾਲਕ ਅਤੇ ਗੱਡੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। ਘਟਨਾ ਕੀਰਤਪੁਰ ਸਾਹਿਬ ਦੇ ਭਾਖੜਾ ਨਹਿਰ ਦੀ ਹੈ, ਜਿੱਥੇ ਕਿ ਅੱਜ ਇੱਕ ਥਾਰ ਗੱਡੀ ਅਚਾਨਕ ਨਹਿਰ ਦੇ ਵਿੱਚ ਗਿਰ ਗਈ ਅਤੇ ਕਾਰ ਚਾਲਕ ਗੱਡੀ ਸਮੇਤ ਪਾਣੀ ਵੀ ਡੁੱਬ ਗਿਆ। ਹਾਲੇ ਤੱਕ ਉਸਦਾ ਕੁਝ ਵੀ ਪਤਾ ਨਹੀਂ ਚੱਲਿਆ ਅਤੇ ਸਰਚ ਕੀਤਾ ਜਾ ਰਿਹਾ ਹੈ। ਗੋਤਾਖੋਰਾਂ ਦੀਆਂ ਟੀਮਾਂ ਨੂੰ ਪੁਲਿਸ ਵੱਲੋਂ ਬੁਲਾ ਕੇ ਲਗਾਤਾਰ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ ਅਤੇ ਹਾਲੇ ਤੱਕ ਉਸਦਾ ਕੋਈ ਵੀ ਪਤਾ ਨਹੀਂ ਚੱਲ ਪਾ ਰਿਹਾ ਅਤੇ ਲਗਾਤਾਰ ਉਹਨਾਂ ਵੱਲੋਂ ਸਰਚ ਕੀਤੀ ਜਾ ਰਹੀ ਹੈ। ਸਾਨੂੰ ਜਾਣਕਾਰੀ ਮਿਲੀ ਸੀਗੀ ਸਵੇਰੇ ਅਤੇ ਹੁਣ ਮੇਰੀ ਟੀਮ ਆਈ ਇੱਥੇ, ਠੀਕ ਹੈ, ਅਤੇ ਹੁਣ ਸਰਚ ਕਰਦੇ ਹਾਂ ਕੀ ਲੱਗਦਾ ਇੱਥੇ ਹੁਣ ਸਲਿੰਗ ਫਸੇ ਆ, ਲੱਗਦਾ ਗੱਡੀ ਇੱਥੇ ਲੱਗਦਾ ਇੱਥੇ ਸ਼ਾਇਦ ਹੋ ਗਿਆ ਰਸਤਾ ਪੈ ਗਿਆ। ਹਾਂਜੀ।